ਸ਼ਾਨਦਾਰ ਨੰਬਰ ਕਬੱਡੀ ਪਾ ਕੇ ਖਿਡਾਰੀ ਹੈਪੀ ਆਪਣੀ ਟੀਮ ਅੱਗੇ ਨੰਬਰ ਦਾ ਵਾਧਾ ਕਰਦਾ ਹੋਇਆ ਚਾਲੀ ਮੱਲਾ ਪਾ ਕਬੱਡੀ ਸੈਫਲਾਬਾਦ ਤੋਂ ਪਹੁੰਚੇ ਹੋਏ ਧੰਨਵਾਦ ਸਾਡੇ ਭਾਊ ਜੀ ਖੇੜਾ ਬੇੜ ਤੋਂ ਪਹੁੰਚੇ ਹੋਏ ਧੰਨਵਾਦ ਆਓ ਅਗਲੀ ਕਬੱਡੀ ਖਿਡਾਰੀ ਗਰਾਊਂਡ ਦੇ ਵਿਚਕਾਰ ਪਾਉਂਦਾ ਹੋਇਆ ਕਬੱਡੀ 30 ਸੈਂਕੜ ਦੀ ਆਓ ਇਧਰਲੇ ਪਾਸੇ ਦੇਖਾਂਗੇ ਵੀ ਗੁਰਜੀਤ ਸਿੰਘ ਸਾਹਮਣੇ ਹੁੰਦਾ ਤੇ ਹੁਣ ਸਾਹਮਣੇ ਪਰ ਨੰਬਰ ਐਤਲੇ ਸੁਰਸੇ ਦੀ ਟੀਮ ਅੱਤੇ ਜੁੜਦਾ ਹੋਇਆ ਖੀਰਾਂ ਵਾਲੀ ਟੀਮ ਨੂੰ ਬੇਨਤੀ ਹੈ ਖੀਰਾਂ ਵਾਲੀ ਟੀਮ ਜਲਦ ਖੇਡ ਮੈਦਾਨ ਵਿੱਚ ਰਿਪੋਰਟ ਕਰੇ ਖੀਰਾਂ ਵਾਲੀ ਦੀ ਟੀਮ ਨੂੰ ਬੇਨਤੀ ਹੈ ਆਵਾਮ ਦੀ ਟੀਮ ਜਿਹੜੀ ਹੈ ਉਹ ਖੇਡ ਮੈਦਾਨ ਦੇ ਵਿੱਚ ਪਹੁੰਚੀ ਹੋਈ ਹੈ ਖੀਰਾਂ ਵਾਲੀ ਹੈ ਉਹ ਜਲਦ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰੇ ਮਿਹਰਬਾਨੀ ਹੋਵੇਗੀ ਚੱਲ ਵੀ ਗੁਰਲਾਲ ਸਿੰਘ ਪਾ ਕਬੱਡੀ ਆਓ ਇੱਕ ਪਾਸੇ ਅਰਸ਼ ਦੂਸਰੇ ਪਾਸੇ ਦੇਖਾਂਗੇ ਵੀ ਕਬੱਡੀ ਜੁਗਤੀ ਦੀ ਆਓ ਕਬੱਡੀ ਖਿਡਾਰੀ ਗਰਾਊਂਡ ਦੇ ਵਿੱਚ ਕਰ ਪਾਉਂਦਾ ਹੈਪੀ ਢਿੱਲੋਂ ਨਾਮ ਹੈ ਆਓ ਸਾਹਮਣੇ ਦੇਖਾਂਗੇ ਹੈਪੀ ਢਿੱਲੋਂ ਕੋਸ਼ਿਸ਼ ਕਰਦਾ ਹੈ ਸੁਰ ਸਿੰਘ ਦਾ ਪਰ ਨੰਬਰ ਗੁਰਲਾਲ ਆਪਣੀ ਟੀਮ ਵਾਸਤੇ ਜੋੜਦਾ ਹੋਇਆ ਚੱਲ ਵੀ ਤਾਬੇ ਸ਼ੇਰਾ ਪਾ ਕਬੱਡੀ ਤੇ ਸ਼ੇਰਾ ਮਰਦਾ ਘੋੜਿਆ ਪੈਣ ਅਵੱਲੇ ਕੇ ਸ਼ੇਰਾ ਮਰਦਾ ਘੋੜਿਆ ਤਾਂ ਪੈਣ ਵੱਲੇ ਲਓ ਤਾਬਾ ਸੁਰ ਸਿੰਘ ਦਾ ਲਗਭਗ 30 ਸੈਂਕੜ ਦੀ ਕਬੱਡੀ ਗਰਾਊਂਡ ਦੇ ਵਿੱਚ ਕਰ ਪਾਉਂਦਾ ਹੋਇਆ ਸਮਾਂ ਬਤੀਤ ਹੁੰਦਾ ਹੋਇਆ ਲਓ ਇਧਰਲੇ ਪਾਸੇ ਦੇਖਾਂਗੇ ਵੀ ਇਸ ਵੇਲੇ ਹੈਪੀ ਕੋਸ਼ਿਸ਼ ਕਰਦਾ ਹੋਇਆ ਔਰ ਜਿਵੇਂ ਕਹਿੰਦੇ ਵੀ ਜੋਲ ਕਲਾਂ ਦੇ ਕਬੱਡੀ ਕੱਪ ਤੋਂ ਵਾਸ਼ਿੰਗ ਮਸ਼ੀਨ ਜਿੱਤੀ ਇਹ ਨਾਨਕੇ ਪਿੰਡ ਕਬੱਡੀ ਖੇਡਦਾ ਵੱਡੀ ਮਾਣ ਵਾਲੀ ਗੱਲ ਬੇਨਤੀ ਹੈ ਵੀ ਖੀਰਾਂ ਵਾਲੀ ਟੀਮ ਜਲਦੀ ਖੇਡ ਮੈਦਾਨ ਵਿੱਚ ਪਹੁੰਚੇ ਆਵਾਮ ਦੀ ਟੀਮ ਪਹੁੰਚੀ ਹੋਈ ਹੈ ਖੇਡ ਮੈਦਾਨ ਦੇ ਵਿੱਚ ਖੀਰਾਂ ਵਾਲੀ ਟੀਮ ਨੂੰ ਬੇਨਤੀ ਹੈ 2 ਮਿੰਟ ਤੋਂ ਪਹਿਲਾਂ ਖੀਰਾਂ ਵਾਲੀ ਟੀਮ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚੇ ਖੀਰਾਂ ਵਾਲੀ ਟੀਮ ਨੂੰ ਬੇਨਤੀ ਹੈ ਇਹ ਮੈਚ ਸਮਾਪਤ ਹੋਣ ਵਾਲਾ ਆਓ ਇਧਰਲੇ ਪਾਸੇ ਰੱਖਾਂਗੇ ਨੰਬਰ ਸਿੰਧਰਾ ਟੀਮ ਅਤੇ ਖਿਡਾਰੀ ਡੇਢ ਪਾ ਕੇ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਮੇਰੇ ਵੀ ਦੁੱਲੇ ਵੱਲ ਬੇਨਤੀ ਹੈ ਵੀ ਕੋਈ ਵੀ ਟੀਮ ਲੇਟ ਨਾ ਹੋਵੇ ਕਿਉਂਕਿ ਸਾਡੇ ਕੋਲ ਕਬੱਡੀ ਫੈਡਰੇਸ਼ਨ ਦੀਆਂ 4 ਕਲੱਬਾਂ ਦੇ ਮੁਕਾਬਲੇ ਵੀ ਹੋਣਗੇ ਇਸ ਕਰਕੇ ਬੇਨਤੀ ਹੈ ਸਾਡੇ ਵੀ ਦੁੱਲੇ ਵੱਲੋਂ ਕਿ ਟੀਮਾਂ ਦੇ ਚਰਨਾਂ ਵਿੱਚ ਬੇਨਤੀ ਹੈ ਕੋਈ ਟੀਮ ਲੇਟ ਨਾ ਹੋਵੇ ਇਸ ਕਰਕੇ ਬੇਨਤੀ ਖੀਰਾਂ ਵਾਲੀ ਟੀਮ ਜਿਹੜੀ ਹੈ ਉਹ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਵੇ ਖੀਰਾਂ ਵਾਲੀ ਟੀਮ ਨੂੰ ਬੇਨਤੀ ਹੈ ਇਹ ਮੈਚ ਸਮਾਪਤ ਹੋ ਚੁੱਕਾ ਮੈਂ ਕਹੂੰ ਆਜਾ ਸਾਹਿਬ ਹੈਲੋ ਸਾਡੇ ਵਿਚਕਾਰ ਸ਼ਾਹਕੋਟ ਲਾਈਨ ਦੀ ਟੀਮ ਪਹੁੰਚ ਚੁੱਕੀ ਆ ਜਿਸ ਵਿੱਚ ਕੋਚ ਇੰਦਰਪਾਲ ਸਿੰਘ ਬਾਜਵਾ ਸੰਦੀਪ ਨੰਗਲ ਅੰਬੀਆਂ ਫੌਜੀ ਸ਼ਾਮ 84 ਕਾਲਾ ਬਾਗੜੀਆਂ ਸਾਰੇ ਦੁੱਲਾ ਬੱਗਾ ਪਿੰਡ ਨਕੋਦਰ ਟੀਮ ਤੋਂ ਟੀਮਾਂ ਪਹੁੰਚ ਚੁੱਕੀਆਂ ਸਾਰੇ ਨਾਮਵਰ ਪਲੇਅਰ ਪਹੁੰਚ ਚੁੱਕੇ ਆ ਅਸੀਂ ਇੱਥੇ ਆਉਣ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਸਟੇਡੀਅਮ ਥੱਲੇ ਆ ਕੇ ਚਾਹ ਪਾਣੀ ਚੱਲ ਰਿਹਾ ਚਾਹ ਪਾਣੀ ਦਾ ਲੰਗਰ ਛਕਣ ਸਾਡੇ ਵਿਚਕਾਰ ਸਰਦਾਰ ਚਰਨ ਸਿੰਘ ਜੀ ਸੈਫਲਾਬਾਦ ਤੋਂ ਵਿਰਕ ਸਾਹਿਬ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਅੰਕਲ ਭਜਨ ਸਿੰਘ ਜੀ ਹੁਣੀ ਨਾਲ ਬੈਠੇ ਆ ਉਹਨਾਂ ਦੇ ਹੋਰ ਵੀ ਜਿੰਨੇ ਵੀ ਪਤਵੰਤੇ ਇਲਾਕੇ ਦੇ ਪਹੁੰਚੇ ਹੋਏ ਆ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਬਹੁਤ ਧੰਨਵਾਦ ਕਰਦੇ ਹਾਂ ਜੇ ਕਿਤੇ ਨਹੀਂ ਕੋਈ ਦਿਖਾਈ ਪੈਂਦਾ ਨਾ ਨਹੀਂ ਲੈ ਹੁੰਦਾ ਤਾਂ ਆਪਣੇ ਆਪ ਹੀ ਉੱਪਰ ਸਟੇਜ 'ਤੇ ਕੁਰਸੀਆਂ 'ਤੇ ਆ ਕੇ ਬੈਠਣ ਦੀ ਕਿਰਪਾਲਤਾ ਕਰਨ ਜੀ ਖੀਰਾਂ ਵਾਲੀ ਦੀ ਟੀਮ ਨੂੰ ਬੇਨਤੀ ਹੈ ਜਲਦੀ ਖੀਰਾਂ ਵਾਲੀ ਟੀਮ ਖੇਡ ਮੈਦਾਨ ਵਿੱਚ ਆ ਜਾਵੇ ਮਿਹਰਬਾਨੀ ਹੋਵੇਗੀ ਹੈਲੋ ਮਿੱਠਾ ਜੀ ਖੀਰਾਂ ਵਾਲੀ ਨੂੰ ਬਹੁਤ ਚਿਰ ਦੀ ਬੇਨਤੀ ਕਰਦੇ ਹਾਂ ਸਾਡੇ ਗੁਆਂਢੀ ਨਗਰ ਪਲੀਜ਼ ਮੇਰੇ ਵੱਡੇ ਵੀਰ ਗੱਗੀ ਭਾਜੀ ਇੱਦਾਂ ਨਾ ਕਰਿਆ ਕਰੋ ਪਲੀਜ਼ ਆ ਜਾਓ ਯਾਰ ਤੁਹਾਨੂੰ ਵੀ ਪਤਾ ਵਾ ਬਹੁਤ ਪ੍ਰੋਬਲਮ ਆ ਮੈਚ ਬਹੁਤ ਔਖਿਆ ਅੰਕਲ ਫਤਿਹ ਸਿੰਘ ਜੀ ਟੀਮ ਲੈ ਕੇ ਆ ਜਾਓ ਪਲੀਜ਼ ਰਿਕੁਐਸਟ ਆ ਜਲਦੀ ਪ੍ਰਿੰਸੀਪਲ ਗੁਰਭਜਨ ਸਿੰਘ ਜੀ ਲਸਾਨੀ
ਸਾਡੇ ਵਿਚਕਾਰ ਪਹੁੰਚਿਆ। ਸਾਡੀ ਬੇਨਤੀ ਹੈ ਕਿ ਉਹ ਵੀ ਸਟੇਜ ਤੇ ਬਿਰਾਜਮਾਨ ਹੋਣ। ਪ੍ਰਿੰਸੀਪਲ ਸਰਦਾਰ ਗੁਰਭਜਨ ਸਿੰਘ ਜੀ, ਹੈਲੋ। ਜਿਮ ਦੀ ਚਾਬੀ ਜਿਹਦੇ ਕੋਲ ਵੀ ਹੋਵੇ ਉਹ ਬਵਨ ਨੂੰ ਫੜਾ ਦੇਵੇ। ਜਿਮ ਦੀ ਚਾਬੀ ਜਿਸ ਕੋਲ ਵੀ ਹੋਵੇ ਸਟੇਜ ਤੇ ਆ ਕੇ ਬਵਨ ਨੂੰ ਫੜਾ ਦੇਵੇ। ਹੈਲੋ, ਸਾਡੀ ਟੂਰਨਾਮੈਂਟ ਕਮੇਟੀ ਨੂੰ ਸਰਦਾਰ ਝਰਮਲ ਸਿੰਘ ਜੀ ਸਿੰਗੜਾ ਤੋਂ ਜੋ ਪਲੇਅਰ ਖੇਡਦੇ ਸੀ ਹੈਪੀ, ਉਹਨਾਂ ਦੇ ਪਿਤਾ ਜੀ ਵੱਲੋਂ 1100 ਦਾ ਯੋਗਦਾਨ ਆਇਆ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਰਦਾਰ ਗੁਰਬਖਸ਼ ਸਿੰਘ ਜੀ ਖੂਹ ਵਾਲੇ, ਉਹਨਾਂ ਵੱਲੋਂ 2000 ਰੁਪਏ ਦਾ ਯੋਗਦਾਨ ਪਹੁੰਚਿਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਪ੍ਰਦੀਪ ਭਾਜੀ, 365 ਵਾਲਿਆਂ ਨੂੰ ਰਿਕੁਐਸਟ ਆ ਕਿ ਬਾਹਰੋਂ ਫੋਨ ਆਏ ਆ ਬੰਦ ਹੋਏ। ਠੀਕ। ਪਤਾ ਨਹੀਂ ਕਿੰਨੀ ਕੁ ਵਾਰ ਇਸ ਪਿੰਡ ਦਾ ਨਾਂ ਇਸ ਜਵਾਨ ਤੋਂ ਬੋਲਿਆ ਗਿਆ ਹੋਵੇ, ਪਰ ਦਰਸ਼ਨ ਇਸ ਪਵਿੱਤਰ ਧਰਤੀ ਦੇ, ਸੁਰਖਪੁਰ ਦੀ ਧਰਤੀ ਦੇ ਪਹਿਲੀ ਵਾਰ ਕਰ ਰਹੇ ਹੈ। ਦੁਨੀਆਂ ਦੇ ਮਹਾਨ ਕਬੱਡੀ ਦੇ ਸੂਰਮੇ ਜਿਹੜੇ ਇਸ ਨਗਰ ਨੇ ਪੈਦਾ ਕੀਤੇ ਹੈ, ਜਿਨ੍ਹਾਂ ਨੂੰ ਪੂਰੀ ਦੁਨੀਆਂ ਜਾਣਦੀ ਹੈ, ਦੱਸਣਾ ਨਹੀਂ ਪੈਂਦਾ ਵੀ ਕਿਹੜਾ ਖਿਡਾਰੀ ਸੁਰਖਪੁਰ ਦੇ ਵਿੱਚ ਪੈਦਾ ਹੋਇਆ ਹੈ, ਜਿਹਨੇ ਵੀ ਕਬੱਡੀ ਖੇਡੀ ਹੈ, ਵੱਡਾ ਨਾਂ ਜਿਹੜਾ ਕਮਾਇਆ ਹੈ, ਤੇ ਅੱਜ ਰੌਣਕਾਂ ਜਿਹੜੀ ਹੈ ਸੁਰਖਪੁਰ ਦੇ ਵਿੱਚ ਕਬੱਡੀ ਦਾ ਵੱਡਾ ਗੁਲਾਮ ਖੜਿਆ ਹੈ, ਤੇ ਦੁਨੀਆਂ ਦੇ ਕਹਿੰਦੇ ਸੁਪਰ ਸਟਾਰ ਜਿਹੜੇ ਮੇਰੇ ਵੀਰੋ ਅੱਜ ਦੇ ਇਸ ਮੇਲੇ ਨੂੰ ਖੇਡਣ ਦੇ ਲਈ ਪੁੱਜ ਚੁੱਕੇ ਹੈ। ਅਵਾਨ ਦੀ ਟੀਮ ਖੇਡ ਮੈਦਾਨ ਦੇ ਵਿੱਚ ਹੈ। ਮੇਰੀ ਬੇਨਤੀ ਹੈ ਖੀਰਾਂ ਵਾਲੀ ਦੀ ਟੀਮ ਪਲੀਜ਼ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ। ਅਵਾਨ ਦੀ ਟੀਮ ਜਿਹੜੀ ਇਸ ਲਈ ਖੇਡ ਮੈਦਾਨ ਦੇ ਵਿੱਚ ਪੁੱਜੀ ਹੋਈ ਹੈ। ਉਸ ਤੋਂ ਅਗਲਾ ਮੈਚ ਜਿਹੜਾ ਸੁਰਖਪੁਰ ਤੇ ਮਹਿਮਦਵਾਲ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਵੀ ਟੀਮਾਂ ਦੇ ਖਿਡਾਰੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਣਗੇ। ਬੇਨਤੀ ਖੀਰਾਂ ਵਾਲੀ ਦੀ ਟੀਮ ਨੂੰ ਪਲੀਜ਼ ਉਹ ਜਲਦੀ ਨਾਲ ਟੀਮ ਗਰਾਊਂਡ ਦੇ ਵਿੱਚ ਪੁੱਜ ਜਾਵੇ। ਸੁਰਖਪੁਰ ਦਾ ਨਾਂ ਜਦੋਂ ਮੇਰੇ ਵੀਰੋ ਕਬੱਡੀ ਜੱਗ ਦੇ ਵਿੱਚ ਲਿਆ ਜਾਂਦਾ ਤੇ ਮੰਗੀ ਦਾ ਨਾਂ, ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਗਾਂਧੀ ਦਾ ਨਾਂ, ਮਹਿੰਦਰ ਦਾ ਨਾਂ, ਸੰਜੀਵ ਪੰਡਿਤ ਦਾ ਨਾਂ ਤੇ ਕਹਿੰਦੇ ਦੁੱਲੇ ਦਾ ਨਾਂ ਕਬੱਡੀ ਦੇ ਵਿੱਚ, ਉਹ ਨਾਂ ਬਣਿਆ ਮੇਰੇ ਵੀਰੋ। ਇੱਕ ਲੰਬੀ ਪਾਰੀ ਦਾ ਘੋੜਾ ਕਹਿੰਦੇ ਸੁਰਖਪੁਰੀਆ ਦੁੱਲਾ, ਤੇ ਫਿਰ ਯੋਧੇ ਦੀ ਜਾਦੇ ਦੀ ਕਬੱਡੀ ਦੇ ਚਰਚੇ ਅੱਜ ਕੱਲ੍ਹ ਪੂਰੀ ਦੁਨੀਆਂ ਦੇ ਵਿੱਚ ਆਮ ਨੇ, ਤੇ ਮਹਿਮਦਵਾਲ ਦਾ ਸੰਦੀਪ ਵੀ ਕਹਿੰਦੇ ਸੁਰਖਪੁਰ ਨੂੰ ਮਸ਼ਹੂਰ ਕਰ ਗਿਆ। ਗੱਗੀ ਖੀਰਾਂ ਵਾਲੀ ਆ ਪੁੱਜਿਆ, ਜਿਹਦਾ ਅੱਜ ਜਨਮ ਦਿਨ ਹੈ। ਇੱਕ ਤਾੜੀ ਮਾਰ ਕੇ ਗੱਗੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇ ਦਈਏ। ਲੈ ਵੀ ਗੱਗੀ, ਸਮੁੱਚੇ ਕਬੱਡੀ ਜਗਤ ਵੱਲੋਂ ਤੈਨੂੰ ਮੁਬਾਰਕਬਾਦ ਹੈ। ਸੱਚੇ ਪਾਤਸ਼ਾਹ ਮਿਹਰ ਕਰੇ, ਤੇ ਏਦਾਂ ਹੀ ਗੱਗੀ ਜਿਹੜਾ ਕਬੱਡੀ ਦੇ ਮੈਦਾਨਾਂ ਦੇ ਵਿੱਚ ਧੁੰਮਾ ਪਾਉਂਦਾ ਰਹੇ। ਤਾਂ ਖੀਰਾਂ ਵਾਲੀ ਦੀ ਟੀਮ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੀ ਹੈ। ਵੱਡਾ ਕਹਿੰਦੇ ਕਬੱਡੀ ਕਾਪਾ, ਤੇ ਇਸ ਇਲਾਕੇ ਦੇ ਜਿਹੜੇ ਵੀ ਪਿੰਡ ਦੀ ਗੱਲ ਕਰਦੇ ਆ, ਦੁਨੀਆਂ ਦੇ ਕਹਿੰਦੇ ਸੁਪਰ ਸਟਾਰ ਖਿਡਾਰੀ ਜਿਹੜੇ ਇਸ ਇਲਾਕੇ ਨੇ ਪੈਦਾ ਕੀਤੇ ਆ। ਇੱਕ ਪਾਸੇ ਅਵਾਨ ਦੀ ਟੀਮ ਕਹਿੰਦੇ ਪੁੱਜੀ ਹੋਈ ਹੈ ਮਾਝੇ ਦੀ, ਤੇ ਦੂਸਰੇ ਪਾਸੇ ਕਹਿੰਦੇ ਦੁਆਬੇ ਦੀ ਖੀਰਾਂ ਵਾਲੀ ਦੀ ਟੀਮ। ਦੋਨੋਂ ਟੀਮਾਂ ਦੇ ਦਰਮਿਆਨ ਤਕੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਮਨ ਭਾਜੀ, ਸੁਰਖਪੁਰ ਦੇ ਓਪਨ ਦੇ ਸਾਰੇ ਖਿਡਾਰੀ ਸਟੇਜ ਦੇ ਸੱਜੇ ਹੱਥ ਜਾਦੇ ਵਾਲੀ ਗੱਡੀ 'ਚ ਆ ਜਾਣ। ਜਿੰਨੇ ਵੀ ਸੁਰਖਪੁਰ ਦੇ ਓਪਨ ਦੇ ਖਿਡਾਰੀ ਆ, ਸੱਜੇ ਹੱਥ ਆ ਕੇ ਕੱਪੜੇ ਲਾਉਣ। ਇੱਧਰ ਸੱਜੇ ਹੱਥ ਜਾਦੇ ਵਾਲੀ ਗੱਡੀ ਖੜੀ ਆ, ਰਿਕੁਐਸਟ ਆ ਛੇਤੀ ਤੋਂ ਛੇਤੀ ਤੁਸੀਂ ਤਾਂ ਗਰਾਊਂਡ ਵਿੱਚ ਪਹੁੰਚੋ।
ਆਹ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ। ਨਾ ਆਵਾਮ ਤੇ ਦੂਸਰੇ ਪਾਸੇ ਖੀਰਾਂ ਵਾਲੀ ਪੰਜਾਬ ਦੇ ਕਹਿੰਦੇ ਅੱਜ ਸਿਰੇ ਦੇ ਖਿਡਾਰੀ ਜਿਹੜੇ ਓਪਨ ਦੇ ਮੁਕਾਬਲਿਆਂ ਦੇ ਵਿੱਚ ਔਰ ਨਾਲ ਹੀ ਕਹਿੰਦੇ ਅਕੈਡਮੀਆਂ ਦੀਆਂ ਵੀ ਕਹਿੰਦੇ ਟੌਪ ਦੀਆਂ ਟੀਮਾਂ ਜਿਹੜੀਆਂ ਅੱਜ ਪੁੱਜੀਆਂ ਹੋਈਆਂ। ਸ਼ਾਹਕੋਟ ਦੀ ਟੀਮ ਵੀ ਕਹਿੰਦੇ ਪੁੱਜੀ ਹੋਈ ਹੈ, ਨਕੋਦਰ ਦੀ ਟੀਮ ਵੀ ਪੁੱਜੀ ਹੋਈ ਹੈ ਔਰ ਮੋਹਾਲੀ ਦੀ ਖੇਡ ਕਲੱਬ ਤੇ ਇੱਕ ਮਾਣ ਵਾਲੀ ਗੱਲ ਹੈ ਵੀ ਅੱਜ ਸੁਰਖਪੁਰ ਦੀ ਵੀ ਜਿਹੜੀ ਅਕੈਡਮੀ ਮੇਰੇ ਵੀਰੋ ਇਸ ਮੈਦਾਨ ਤੋਂ ਸ਼ੁਰੂਆਤ ਕਰਨ ਜਾ ਰਹੀ ਹੈ। ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਵਿੱਚ ਦੁਆਬਾ ਵੈਰੀਅਸ ਕਲੱਬ ਸੁਰਖਪੁਰ ਦੀ ਟੀਮ ਖੇਡੇਗੀ ਪੰਜਾਬ ਦੇ ਕਬੱਡੀ ਕੱਪਾਂ ਦੇ। ਉਧਰ ਨੰਗਲਮੀਆਂ ਦਾ ਸੰਦੀਪ ਵੀ ਕਹਿੰਦੇ ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ ਆਪਣੀ ਟੀਮ ਨੂੰ ਲੈ ਕੇ, ਨਾਲ ਬਾਜਵਿਆਂ ਵਾਲਾ ਕਹਿੰਦੇ ਇੰਦਰਪਾਲ ਮੇਰੇ ਵੀਰੋ ਪੁੱਜਿਆ ਹੋਇਆ ਹੈ। ਔਰ ਨਕੋਦਰ ਦੇ ਟੀਮ ਦੇ ਸਟਾਰ ਵੀ ਅੱਜ ਦੁਨੀਆਂ ਦਾ ਕਹਿੰਦੇ ਹਰ ਇੱਕ ਸਟਾਰ ਜਿਹੜਾ ਸੁਰਖਪੁਰ ਦੇ ਵਿੱਚ ਪੁੱਜਿਆ ਹੋਇਆ। ਆਹ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿਓ ਜੀ। ਆਵਾਮ ਤੇ ਦੂਸਰੇ ਪਾਸੇ ਕਹਿੰਦੇ ਖੀਰਾਂ ਵਾਲੀ ਦੋਨੋਂ ਟੀਮਾਂ ਦੇ ਦਰਮਿਆਨ ਤਕੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅੱਜ ਕਹਿੰਦੇ ਤਿੰਨ ਜਿਹੜੇ ਬੁਲਟ ਮੋਟਰਸਾਈਕਲ ਦਿੱਤੇ ਜਾਣੇ ਹੈ। ਰਣਜੀਤ ਸਿੰਘ ਜੀ ਢੰਡਾ ਕਹਿੰਦੇ ਆਪਣੀ ਜੇਬ ਦੇ ਵਿੱਚੋਂ ਹਜ਼ਾਰਾਂ ਨੀ ਲੱਖਾਂ ਪਾਉਂਡ ਮੇਰੇ ਵੀਰੋ ਕਬੱਡੀ ਤੇ ਲਾ ਰਹੇ ਹੈ। ਇੰਗਲੈਂਡ ਦੀ ਕਬੱਡੀ ਦਾ ਬਹੁਤ ਵੱਡਾ ਨਾਮ ਹੈ ਰਣਜੀਤ ਸਿੰਘ ਢੰਡਾ। ਅੱਜ ਉਹਨਾਂ ਵੱਲੋਂ ਕਹਿੰਦੇ ਤਿੰਨ ਬੁਲਟ ਮੋਟਰਸਾਈਕਲ ਜਿਹੜੇ ਦਿੱਤੇ ਜਾ ਰਹੇ ਹੈ। ਇੱਕ ਬੁਲਟ ਮੋਟਰਸਾਈਕਲ ਯੋਧੇ ਨੂੰ, ਇੱਕ ਕਹਿੰਦੇ ਸੰਦੀਪ ਨੂੰ ਤੇ ਇੱਕ ਬਿੱਲੇ ਨੂੰ, ਜਿਹੜਾ ਇਸ ਨਗਰ ਦੇ ਮਹਾਨ ਕਬੱਡੀ ਖਿਡਾਰੀਆਂ ਦੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਹੋਣਗੇ। ਲਓ ਆਵਾਮ ਦੀ ਟੀਮ ਜਿਹੜੀ ਮੇਰੇ ਵੀਰੋ ਇੱਧਰ ਪਿੰਡ ਵਾਲੀ ਸਾਈਡ ਪੁੱਜ ਗਈ ਹੈ ਤੇ ਦੂਸਰੇ ਪਾਸੇ ਖੀਰਾਂ ਵਾਲੀ ਸੁਰਖਪੁਰੀਆ ਦੁੱਲਾ ਵੀ ਮਹਾਨ ਕਬੱਡੀ ਖਿਡਾਰੀ ਪਿਛਲੇ ਦਿਨੀ ਕੈਨੇਡਾ ਤੋਂ ਪੁੱਜਿਆ ਮੇਰੇ ਵੀਰੋ ਪੰਜਾਬ ਦੀ ਧਰਤੀ ਤੇ। ਅੱਜ ਗੱਲ ਹੋਵੇਗੀ ਦੁੱਲੇ ਦੀ ਕਬੱਡੀ ਦੀ ਵੀ। ਔਰ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿਓ। ਅਗਲੇ ਮੈਚ ਦੀਆਂ ਟੀਮਾਂ ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਤਿਆਰ ਰਹਿਣ, ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣ। ਹੈਲੋ ਸਪਰੇ ਨੂਰ ਮੈਡੀਕਲ ਹਾਲ ਕਿੱਥੇ ਆ ਵੀ ਸਪਰੇ ਪਹੁੰਚਦੀ ਕਰ ਦੇਵੇ ਗਰਾਊਂਡ ਵਿੱਚ। ਨੂਰ ਮੈਡੀਕਲ ਹਾਲ ਵਾਲੇ ਤਿੰਨ ਦਿਨ ਤੋਂ ਸੇਵਾਵਾਂ ਨਿਭਾ ਰਹੇ ਆ, ਮੁੰਡਾ ਇੱਥੇ ਹੀ ਹੋਣਾ ਕਿਤੇ। ਸਾਡੇ ਵਿਚਕਾਰ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਸੁਰਜਣ ਸਿੰਘ ਜੀ ਚੱਠਾ ਜੀ ਪਹੁੰਚੇ ਆ। ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਸਾਰੇ ਨਗਰ ਵੱਲੋਂ ਜੀਓ ਆਇਆ ਜੀ। ਕਬੱਡੀ ਜਗਤ ਦਾ ਕਹਿੰਦੇ ਉਹ ਨਾਂ ਸਰਦਾਰ ਸੁਰਜਣ ਸਿੰਘ ਚੱਠਾ ਜੀ ਨੂੰ ਦੁਨੀਆ ਜਾਣਦੀ ਹੈ ਜਦੋਂ ਕਬੱਡੀ ਦੀ ਗੱਲ ਚੱਲਦੀ ਹੈ ਤੇ ਚੱਠਾ ਸਾਹਿਬ ਦਾ ਨਾਂ ਬੜੇ ਮਾਣ ਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਅੱਜ ਕੱਲ੍ਹ ਦੇ ਕਹਿੰਦੇ ਖਿਡਾਰੀਆਂ ਦੇ ਵੀਜ਼ੇ ਲੱਗਦੇ ਆ, ਪਰ ਜਦੋਂ ਕਹਿੰਦੇ ਹਰਜੀਤ ਬਰਾੜ ਹੋਣੀ ਖੇਡਦੇ ਸਨ, ਹਰਜੀਤ ਬਰਾੜ ਨੂੰ ਵੀ ਪਹਿਲੀ ਵਾਰ ਵਿਦੇਸ਼ਾਂ ਦੇ ਵਿੱਚ ਲੈ ਕੇ ਜਾਣ ਵਾਲੀ ਸ਼ਖਸੀਅਤ ਮੇਰੇ ਵੀਰੋ ਸਰਦਾਰ ਸੁਰਜਣ ਸਿੰਘ ਜੀ ਚੱਠਾ, ਉਹ ਵੀ ਸਾਡੇ ਦਰਮਿਆਨ ਅੱਜ ਵਿਸ਼ੇਸ਼ ਤੌਰ ਤੇ ਪੁੱਜ ਚੁੱਕੇ ਹੈ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਪ੍ਰਧਾਨ ਨੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਤੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਵੀ ਅੱਜ ਮੈਚ ਕਹਿੰਦੇ ਇਸ ਕਬੱਡੀ ਕੱਪ ਦੇ ਮੇਰੇ ਵੀਰੋ ਚਾਰ ਟੀਮਾਂ ਦੇ ਮੁਕਾਬਲੇ ਹੋ ਰਹੇ ਹੈ। ਇੱਧਰ ਬਜ਼ੁਰਗ ਇਹਨਾਂ ਨੇ ਦੌੜ ਲਾਉਣੀ ਹੈ। ਹੈਲੋ, ਬਹੁਤ ਬਹੁਤ ਧੰਨਵਾਦ ਅਸੀਂ ਨਗਰ ਵੱਲੋਂ ਟੂਰਨਾਮੈਂਟ ਕਮੇਟੀ ਵੱਲੋਂ ਕਰਦੇ ਹਾਂ ਸਰਦਾਰ ਸੁਰਜਣ ਸਿੰਘ ਚੱਠਾ ਜੀ ਦਾ। ਉਹਨਾਂ ਦੇ ਨਾਲ ਸਾਡੇ ਹੀ ਆਪਣੇ ਨੇੜਲੇ ਨਗਰ ਤੋਂ ਸਰਦਾਰ ਰਜਿੰਦਰ ਸਿੰਘ ਔਜਲਾ ਹਾਲੈਂਡ ਤੋਂ,
ਉਹ ਵੀ ਉਹਨਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਆਏ ਹਨ, ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ, ਬਹੁਤ ਬਹੁਤ ਧੰਨਵਾਦ ਜੀ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਨੇ ਅੱਜ ਦੇ ਇਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਪ੍ਰਬੰਧਕਾਂ ਨੇ ਜਾਂ NRI ਵੀਰਾਂ ਨੇ ਯੋਗਦਾਨ ਪਾਇਆ, ਉਹਨਾਂ ਦਾ ਵੀ ਧੰਨਵਾਦ ਹੈ। ਸਰਦਾਰ ਮਹਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਵੀ ਜਲਦੀ ਨਾਲ ਹੀ ਇਹ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਇੱਧਰ ਸਿੱਪੀ ਖੀਰਾਂ ਵਾਲੀ ਹੈ, ਖੰਡੂਰ ਸਾਹਿਬ ਦਾ ਸੱਤੂ ਦੁਨੀਆ ਦਾ ਮੰਨਿਆ ਪ੍ਰਮੰਨਿਆ ਜਾਫੀ ਮੇਰੇ ਵੀਰੋ, ਉਹ ਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਪੁੱਜਿਆ ਹੋਇਆ। ਸ਼ਾਮੀ ਅੰਗਰੇਜ਼ ਵਰਗੇ ਖਿਡਾਰੀਆਂ ਦੀ ਗੱਲ ਹੁੰਦੀ ਹੈ, ਸ਼ੁਰਲੀ ਵਰਗੇ ਖੇਡ ਮੈਦਾਨ ਦੇ ਵਿੱਚ ਪੁੱਜੇ ਹੋਏ ਆ ਖੀਰਾਂ ਵਾਲੀ ਦੀ ਟੀਮ। ਤੇ ਦੂਸਰੇ ਪਾਸੇ ਅਵਾਨ ਜੋਵਨ ਦਾ ਪਿੰਡ ਹੈ, ਅਵਾਨ ਪਿੰਡ ਬੜਾ ਮਸ਼ਹੂਰ ਹੈ ਮੇਰੇ ਵੀਰੋ ਕਬੱਡੀ ਜੱਗ ਦੇ ਵਿੱਚ। ਅੱਜ ਦੁਨੀਆ ਦੇ ਸੁਪਰ ਸਟਾਰਾਂ ਦੀ ਗੱਲ ਇਸ ਖੇਡ ਮੈਦਾਨ ਦੇ ਵਿੱਚ ਹੋਵੇਗੀ। ਤਾਰੀ ਵਰਗੇ ਕਹਿੰਦੇ ਨੌਜਵਾਨ ਤਿਆਰ ਨੇ ਜਫੇ ਲਾਉਣ ਦੇ ਲਈ, ਅੱਜ ਵੇਖਦੇ ਵੀ ਕਿਹੜੀ ਟੀਮ ਇਸ ਮੇਲੇ ਨੂੰ ਜਿੱਤਦੀ ਹੈ। ਪਿੰਡ ਵਾਰ ਦੀਆਂ ਵੀ ਜਿਹੜੀਆਂ ਟੌਪ ਦੀਆਂ ਟੀਮਾਂ ਮੇਰੇ ਵੀਰੋ ਅੱਜ ਇਸ ਕਬੱਡੀ ਕੱਪ ਨੂੰ ਖੇਡਣ ਦੇ ਲਈ ਵਿਸ਼ੇਸ਼ ਸੱਦੇ ਪੱਤਰ ਤੇ ਕਹਿੰਦੇ ਪੁੱਜੀਆਂ ਹੋਈਆਂ ਨੇ। ਲਓ ਮੈਚ ਜਲਦੀ ਨਾਲ ਸ਼ੁਰੂ ਕਰਵਾ ਦਿੱਤਾ ਜਾਵੇ। ਇੱਧਰ ਪਿੰਡ ਵਾਲੀ ਸਾਈਡ ਕਹਿੰਦੇ ਟੀਮ ਜਿਹੜੀ ਖੀਰਾਂ ਵਾਲੀ ਦੀ ਹੈ, ਤੇ ਦੂਸਰੇ ਪਾਸੇ ਕਹਿੰਦੇ ਟੀਮ ਮੇਰੇ ਵੀਰੋ ਉਹ ਹੈ ਅਵਾਨ ਦੀ। ਇਹ ਸਿੱਖੀ ਸਰੂਪ ਦੇ ਵਿੱਚ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਨਾਂ ਵਰਗਾ ਹੋੜਾ, ਜੁਗਾਂ ਜੁਗਾਂ ਤੱਕ ਚੱਲਦੀਆਂ ਰਹਿਣਗੀਆਂ ਗੱਲਾਂ ਉਸ ਦਰਵੇਸ਼ ਦੀਆਂ, ਕੌਣ ਕਰੂਗਾ ਰੀਸਾ ਕਲਗੀ ਤਰਦਸ਼ਮੇਜ ਦੀਆਂ। ਬਾਜਾਂ ਵਾਲੀ ਗੁਰੂ ਦੀ ਬਖਸ਼ਿਸ਼ ਸਿੱਖ ਨਾਲ ਗੱਲ ਖੇਡ ਕਬੱਡੀ ਦੀ। ਅਵਾਨ ਪਿੰਡ ਦਾ ਕਹਿੰਦੇ ਇਸ ਵੇਲੇ ਹੈਪੀ ਕਬੱਡੀ ਪਾ ਰਿਹਾ। ਇੱਕ ਕੰਨੀ ਤੇ ਕਹਿੰਦੇ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਹੈ, ਨਾਲ ਕਹਿੰਦੇ ਸ਼ੁਰਲੀ ਹੈ, ਨਾਲ ਸਿੱਪੀ ਤੇ ਕਹਿੰਦੇ ਤਾਰੀ ਖੀਰਾ ਮਾਰਦਾ। ਤਾਂ ਚਾਰ ਜਾਫੀਆਂ ਦੀ ਗੱਲ ਤੇ ਸੱਤੂ ਖੰਡੂਰ ਸਾਹਿਬ ਦਾ ਔਰ ਪੁਆਇੰਟ ਜਿਹੜਾ ਇਸ ਵੇਲੇ ਹੈਪੀ ਅਵਾਨ ਵਾਲੇ ਨੇ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਅਸਮਾਨਾਂ ਵਿੱਚ, ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ, ਪਰਖੇ ਜਾਣੇ ਨੇ ਜੋਰ ਜਵਾਨਾਂ ਵਿੱਚ। ਤਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ, ਜੇ ਤਾਰਿਆਂ ਦੇ ਸਾਹਮਣੇ ਦੁਨੀਆ ਦੇ ਸਟਾਰ ਪੁੱਜੇ ਹੋਏ ਆ। ਇਸ ਵੇਲੇ ਕਹਿੰਦੇ ਅੰਗਰੇਜ਼ ਨੇ ਕਬੱਡੀ ਪਾਈ ਹੈ ਮੇਰੇ ਵੀਰੋ, ਇੱਕ ਅੜੈਚਾਂ ਦਾ ਅੰਗਰੇਜ਼ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਹੋਇਆ ਤੇ ਸਾਹਮਣੇ ਵੇਖਦਾ ਵੀ ਇਸ ਵੇਲੇ ਨੌਜਵਾਨ ਜਾਫੀ ਅਵਾਨ ਦੀ ਧਰਤੀ ਦਾ ਕਹਿੰਦੇ ਪੂਰੀ ਕੋਸ਼ਿਸ਼ ਕਰ ਰਿਹਾ ਜੱਫਾ ਲਾਉਣ ਦੀ। ਚੱਲਦਾ ਹੋਇਆ ਮੁਕਾਬਲਾ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ, ਤੇ ਅੰਗਰੇਜ਼ ਅਵਾਨ ਪਿੰਡ ਦਾ ਕਹਿੰਦੇ ਨੌਜਵਾਨ ਖੀਰਾਂ ਵਾਲੀ ਪਿੰਡ ਦਾ ਅੰਗਰੇਜ਼ ਆਪਣੀ ਟੀਮ ਦੇ ਲਈ ਕਰਦਾ ਹੋਇਆ। ਅਮਨਭਾਈ ਸਿੰਘ ਹਰਵਿੰਦਰ ਮੇਰਾ ਵੀਰ, ਮੇਰਾ ਪੈਸੇ ਵਾਲਾ ਬੈਗ ਸੀਗਾ ਉਹਦੇ ਕੋਲ, ਮੈਨੂੰ ਮਿਲੇ ਮਾੜਾ ਜਿਹਾ ਜ਼ਰੂਰੀ ਆ, ਮੇਰਾ ਭਾਜੀ ਲੱਭ ਨਹੀਂ ਰਿਹਾ, ਮੈਨੂੰ ਪਤਾ ਨਹੀਂ ਕਿੱਥੇ ਚਲਾ ਗਿਆ। ਹਰਵਿੰਦਰ ਭਾਜੀ ਮਿਲੇ ਮੈਨੂੰ ਆ ਕੇ ਜ਼ਰੂਰੀ। ਚਲੋ ਕਹਿੰਦੇ 25ਵਾਂ ਕੈਨੇਡਾ ਕਬੱਡੀ ਕੱਪ ਖੇਡਿਆ ਗਿਆ ਪਿਛਲੇ ਸਾਲ ਤੇ ਆਹ ਖਿਡਾਰੀ ਨੇ ਕਹਿੰਦੇ ਵਿੱਚ ਐਨ ਸਿਰੇ ਦੀਆਂ ਕਬੱਡੀਆਂ ਪਾਈਆਂ ਮੇਰੇ ਵੀਰੋ ਗੁਰਲਾਲ ਨੇ, ਤੇ ਗੱਗੀ ਨੇ ਕਹਿੰਦੇ ਤਿੰਨ ਟਰੈਕਟਰ ਜਿੱਤੇ ਆ, ਜੋ ਰਿਕਾਰਡ ਹੈ ਕਬੱਡੀ ਦਾ ਮੇਰੇ ਵੀਰੋ ਖੀਰਾਂ ਵਾਲੀ ਹੈ। ਗੱਗੀ ਨੇ ਤਿੰਨ ਟਰੈਕਟਰ ਜਿੱਤੇ ਹੈ, ਸਰਦਾਰ ਫਤਿਹ ਸਿੰਘ ਦਾ ਪੁੱਤਰ ਮੇਰੇ ਵੀਰੋ ਗੱਗੀ ਖੀਰਾਂ ਵਾਲੀ ਹੈ। ਜਿਹੜੇ ਗੱਗੀ ਨੂੰ ਪਿਆਰ ਕਰਦੇ ਤਾੜੀ ਮਾਰਨਗੇ, ਦੁਨੀਆ ਦੇ ਵਿੱਚ ਨਾ ਆਏ ਗੱਗੀ ਦਾ ਕਹਿੰਦੇ ਸਾਊ ਜਾਂ ਸੁਹਾ ਹੈ ਤੇ ਪਿਆਰ ਦੇ ਨਾਲ ਮੋਟਾ ਵੀ ਕਹਿੰਦੇ ਹੈ, ਔਰ ਮੇਰੇ ਵੀਰੋ ਵੱਡਾ ਨਾਂ ਪੈਦਾ ਕੀਤਾ ਹੈ। ਮੂੰਹ ਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ। ਆਹ ਖਿਡਾਰੀ ਵੀ ਕਹਿੰਦੇ ਹੈਪੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਇੱਕ ਕੰਨੀ ਤੇ ਕਹਿੰਦੇ ਤਾਰੀ ਖੀਰਾਂ ਵਾਲੀ ਹੈ, ਆਏ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ, ਜਿਸ ਨੌਜਵਾਨ ਨੇ ਲੀਗ ਦੇ ਵਿੱਚ ਵੀ ਬੱਲੇ ਬੱਲੇ ਕਰਵਾਈ ਹੈ ਔਰ ਕਹਿੰਦੇ ਵਿਦੇਸ਼ਾਂ ਦੀ ਧਰਤੀ ਦੇ ਵੀ ਧੁੰਮਾਂ ਨੇ। ਸੱਤੂ ਖੰਡੂਰ ਸਾਹਿਬ ਦਾ ਨੌਜਵਾਨ ਗੱਭਰੂ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੈ। ਅੰਮ੍ਰਿਤ ਖੀਰਾਂ ਵਾਲੀ ਹੈ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ।
ਉਧਰ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਜਾਫੀ ਦੀ ਕੋਸ਼ਿਸ਼ ਤੇ ਪੁਆਇੰਟ ਅੰਮ੍ਰਿਤ ਖੀਰਾਂ ਵਾਲੀ ਹੈ। ਭਾਜੀ ਦਾ ਪਿੰਡ ਹੈ, ਕਹਿੰਦੇ ਖੀਰਾਂ ਵਾਲੀ ਦੁਨੀਆ ਦਾ ਨਾਂ ਹੈ ਮੇਰੇ ਵੀਰੋ। ਖੀਰਾਂ ਵਾਲੀ ਸੁਰਖਪੁਰ ਕਿਹੜੇ ਪਿੰਡ ਦਾ ਨਾਂ ਲਵਾਂ ਮੇਰੇ ਵੀਰੋ? ਵੱਡੇ ਜਿਹੜੇ ਸਟਾਰ ਇਸ ਇਲਾਕੇ ਨੇ ਪੈਦਾ ਕੀਤੇ ਹੈ ਕਬੱਡੀ 365.com ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿੱਥੇ ਲਾਈਵ ਮੇਰੇ ਵੀਰੋ ਦਿਖਾਇਆ ਜਾ ਰਿਹਾ ਹੈ ਤੇ ਉੱਥੇ ਕਹਿੰਦੇ ਮਾਲਵੇ ਦੇ ਸਾਰੇ ਇਲਾਕੇ ਦੇ ਵਿੱਚ ਕੇਬਲ ਨੈਟਵਰਕ ਦੇ ਵੀ ਲਾਈਵ ਚੱਲ ਰਿਹਾ ਹੈ। ਖੀਰਾਂ ਵਾਲੀ ਦਾ ਤਾਰੀ ਕਹਿੰਦੇ ਮੰਨਿਆ ਪਰਮੰਨਿਆ ਜਾਂ ਫਿਰ ਮਾਰ ਦੋ ਤਾੜੀਆਂ। ਵਾਹੇ ਤਾਈ ਨਹੀਂ ਉਰੀਸਾ ਤੇਰੀਆਂ ਨੌਜਵਾਨਾਂ ਹੈ, ਲਓ ਸ਼ਾਮੀ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ। ਵੱਡਾ ਮੇਲਾ ਸੁਰਖਪੁਰ ਦਾ, ਦੁਆਬੇ ਦੀ ਧਰਤੀ ਦਾ, ਤੇ ਕਹਿੰਦੇ ਦੁਨੀਆ ਦੇ ਵੱਡੇ ਮੱਲ ਪੁੱਜੇ ਹੋਏ ਹੈ। ਅੱਜ ਸਿਰੇ ਦੀ ਕਬੱਡੀ ਹੋਣੀ ਹੈ, ਚੱਠਾ ਸਾਹਿਬ ਵੀ ਪੁੱਜ ਗਏ ਆਪਣੀਆਂ ਟੀਮਾਂ ਨੂੰ ਲੈ ਕੇ। ਲਓ ਵੇਖਦੇ ਵੀ ਅੱਜ ਕਿਹੜੀ ਟੀਮ ਜਿੱਤਦੀ ਕੱਪ ਮਿੱਤਰੋ। ਲਓ ਨੌਜਵਾਨ ਸ਼ਾਮੀ ਦੀ ਕਬੱਡੀ ਔਰ ਫੈਸਲਾ ਕੀ ਹੁੰਦਾ ਹੈ ਪੁਆਇੰਟ, ਇਸ ਲਈ ਸ਼ਾਮੀ ਖੀਰਾਂ ਵਾਲੀਆਂ ਨੌਜਵਾਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ ਆਏ ਗੁਰਲਾਲ ਮੇਰੇ ਵੀਰੋ, ਮਾੜੂ ਪਿੰਡ ਦੇ ਸਰਦਾਰ ਚੂੜ ਸਿੰਘ ਦਾ ਪੁੱਤਰ ਜਿਹਦਾ ਦੁਨੀਆ ਦੇ ਵਿੱਚ ਨਾਂ ਕਹਿੰਦੇ ਘਨੌਰ ਦੇ ਨਾਂ ਦੇ ਨਾਲ ਮਸ਼ਹੂਰ ਹੋਇਆ, ਤੇ ਆਏ ਗੁਰਲਾਲ ਸੋਹ ਵਾਲਾ ਗੱਭਰੂ ਇਸ ਲਈ ਕਬੱਡੀ ਪਾ ਰਿਹਾ ਹੈ। ਉੱਚਾ ਲੰਮਾ ਕੱਦ ਹੈ, ਉਧਰ ਚਾਰ ਜਾਫੀ ਕਹਿੰਦੇ ਤਿਆਰ ਨੇ ਸਿੱਪੀ ਖੀਰਾਂ ਵਾਲ ਦਾ ਦੁਨੀਆ ਦਾ ਮੰਨਿਆ ਪਰਮੰਨਿਆ ਜਾਫੀ ਜੀ ਨੇ ਕਹਿੰਦੇ ਐਨ ਛੋਟੇ ਵਜਨ ਦੇ ਵਿੱਚ 10 ਤੇ 11 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਐਨ ਦੁਨੀਆ ਮਨਾਉਣ ਵਾਲੀ ਹੈ। ਆਜ਼ਾਦ ਕਬੱਡੀ ਕਲੱਬ ਦੀ ਤਰਫੋਂ ਲਓ ਗੱਗੀ ਨੇ ਫਿਰ ਕਬੱਡੀ ਪਾ ਦਿੱਤੀ ਹੈ ਕਿ ਪੱਟਾਂ ਦੇਣਾ ਪੱਟ ਨੇ ਕਹਿੰਦੇ ਡੌਲਿਆਂ ਨੂੰ ਜਦੋਂ ਹੱਥ ਨਾ ਪੈਂਦੇ। ਇਹ ਕਿਹੜੇ ਪਿੰਡ ਦਾ ਗੱਭਰੂ? ਲੋਕੀ ਉਂਗਲਾਂ ਕਰ ਕਰ ਪੁੱਛਦੇ ਆ, ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨੀ ਬੁੱਕਦੇ ਆ। ਜੱਟ ਨੂੰ ਇੱਕ ਟਰੈਕਟਰ ਲੈਣਾ ਔਖਾ ਹੋ ਜਾਂਦਾ ਹੈ, ਪਰ ਕਿੰਨਾ ਭਾਗਾਂ ਵਾਲਾ ਇਨਸਾਨ ਹੈ ਫਤਿਹ ਸਿੰਘ ਜਿਹਦੇ ਪੁੱਤਰ ਨੇ ਕਹਿੰਦੇ 3 ਟਰੈਕਟਰ ਮੇਰੇ ਵੀਰੋ ਘਰੇ ਖੜਾ ਦਿੱਤੇ ਹੈ। ਇਹ ਵੀ ਵੱਡੇ ਮਾਣ ਵਾਲੀ ਗੱਲ ਹੈ। ਲਓ ਸਾਹਮਣੇ ਨੌਜਵਾਨ ਹੈਪੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀਆਂ ਵਿੱਚੋਂ। ਹੁਣ ਤਾਰੀ ਲਾਓ ਜਫਾ ਜਾਂ ਸਿੱਪੀ ਜਾਂ ਮੇਰੇ ਵੀਰੋ ਸ਼ੁਰਲੀ ਤੇ ਸੱਤੂ ਖੰਡੂਰ ਸਾਹਿਬ ਦਾ ਦੁਨੀਆ ਦਾ ਮੰਨਿਆ ਪਰਮੰਨਿਆ ਜਾਫੀ। ਲਓ ਇਸ ਵੇਲੇ ਪਈ ਹੋਈ ਕਬੱਡੀ ਸ਼ੁਰਲੀ ਦੇ ਨਾਲ ਕਹਿੰਦੇ ਇਸ ਵੇਲੇ ਪੰਗਾ ਪੈ ਗਿਆ ਕਿ ਰੇਡਰ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਮੰਨਿਆ ਜਾਵੇ। ਜਿਹੜਾ ਉੱਡਦੀ ਰੇਡ ਨੂੰ ਨੱਪੇ, ਜਿਹੜਾ ਉੱਡਦੀ ਰੇਡ ਨੂੰ ਨੱਪੇ। ਜਿਹੜੇ ਦਰਸ਼ਕ ਵੀਰ ਹੁਣੇ ਹੀ ਪੁੱਜੇ ਉਹਨਾਂ ਨੂੰ ਦੱਸ ਦਈਏ ਵੀ ਇਸ ਵੇਲੇ ਅਵਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਟੀਮ ਔਰ ਦੂਸਰੇ ਪਾਸੇ ਮੇਰੇ ਵੀਰ ਵਾਲੀ ਹੈ, ਦੋਨੋਂ ਟੀਮਾਂ ਦੇ ਦਰਮਿਆਨ ਤਕੜਿਆ ਮੈਚ ਜਿਹੜਾ ਸੁਰਖਪੁਰ ਦੀ ਧਰਤੀ ਤੇ ਖੇਡਿਆ ਜਾ ਰਿਹਾ ਹੈ। ਮਹਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ, ਕਹਿੰਦੇ ਕੀਪਾ ਸੁਰਖਪੁਰੀ ਐਡਮਿੰਟਨ ਜਾ ਵਸਿਆ, ਤੁਲਾ ਥੋੜੇ ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੋਂ ਪੁੱਜਿਆ ਮੇਰੇ ਵੀਰ। ਕਬੱਡੀ ਦਾ ਜਾਦੂਗਰ ਸੁਰਖਪੁਰੀ ਦੁੱਲਾ ਜੋਧੇ ਵਰਗੇ ਜਾਦੇ ਵਰਗੇ ਸਟਾਰ ਨੇ, ਪਰ ਆਹ ਖਿਡਾਰੀ ਕਹਿੰਦੇ ਅਵਾਨ ਪਿੰਡ ਦਾ ਸੰਦੀਪ ਹੈ ਮੇਰੇ ਵੀਰੋ। ਇਸ ਵੇਲੇ ਤਕੜਾ ਜੱਫਾ ਲਾ ਕੇ ਸੰਦੀਪ ਅਵਾਨ ਵਾਲਾ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਪਾਉਣ ਦਾ ਹੋਇਆ। ਇਧਰ ਸਰਦਾਰ ਮਹਿੰਦਰ ਸਿੰਘ ਜੀ ਉਹ ਵੀ ਆਪਣੀ ਡਿਊਟੀ ਨੂੰ ਨਿਭਾ ਰਹੇ ਆ ਖੇਡ ਮੈਦਾਨ ਦੇ ਵਿੱਚ। ਦੁਨੀਆ ਦੇ ਕਹਿੰਦੇ ਵੱਡੇ ਮੱਲ ਅੱਜ ਇਸ ਮੇਲੇ ਨੂੰ ਖੇਡਣ ਦੇ ਲਈ ਪੁੱਜੇ ਹੋਏ ਆ। ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰ ਰਹਿਣ ਸੁਰਖਪੁਰ ਤੇ ਮਹਿਮਦਵਾਲ। ਲਓ ਸ਼ੁਰਲੀ ਦੇ ਨਾਲ ਕਹਿੰਦੇ ਮੁਕਾਬਲਾ ਮੇਰੇ ਵੀਰੋ ਹੈਪੀ ਦੀ ਕਬੱਡੀ। ਦੋ ਰੇਡਰ ਕਹਿੰਦੇ ਹੈਪੀ ਨਾਂ ਦੇ ਆ ਅਵਾਨ ਪਿੰਡ ਦੇ। ਸ਼ੁਰਲੀ ਦਾ ਜੱਫਾ ਤਾੜੀ ਮਾਰ ਦਿਓ ਦਰਸ਼ਕ ਵੀਰੋ। ਇਸ ਵੇਲੇ ਪੁਆਇੰਟ ਜਿਹੜਾ ਹੈ ਨੌਜਵਾਨ ਜਾਫੀ ਨੇ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰ ਦਿੱਤਾ ਹੈ। ਜੇ ਤਾਂ ਅੱਜ ਸੁਰਖਪੁਰ ਦੇ ਵਿੱਚ ਖਿਡਾਰੀ ਟੌਪ ਦੇ ਪੁੱਜਿਆ ਜ਼ੋਰਦਾਰ ਮਾਰ ਕੇ ਦੱਸੋ ਟੌਪ ਦੇ ਸਟਾਰ ਮੇਰੇ ਵੀਰੋ ਪੁੱਜੇ। ਹਾਲੇ ਤਾਂ ਸ਼ੁਰੂਆਤ ਹੈ ਮੇਰੇ ਵੀਰੋ ਔਰ ਆਉਣ ਵਾਲੇ ਮੈਚਾਂ ਦੇ ਵਿੱਚ ਹੋਰ ਜਿਹੜਾ ਰੰਗ ਵੱਖਰਾ ਹੋ ਜਾਣਾ ਹੈ। ਇੱਧਰ ਬਾਬਾ ਜੀ ਜਲਦੀ ਸੇਵਾ ਕਰ ਰਹੇ ਹੈ,
ਅਮਰੀਕ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਉਧਰ ਫੈਸਲਾ ਕੀ ਹੈ ਇਹ ਪੁਆਇੰਟ ਜਿਹੜਾ ਨੌਜਵਾਨ ਜਾਫੀ ਦਾ ਭਾਜੀ ਪੁਆਇੰਟ ਪੁਆਇੰਟ ਜਿਹੜਾ ਇਸ ਵੇਲੇ ਅਵਾਮ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇਹ ਵੀ ਕਹਿੰਦੇ ਹੈਪੀ ਅਵਾਮ ਵਾਲਾ ਇਸ ਰੂਪ ਦੇ ਵਿੱਚ ਵੀ ਹੈਪੀ ਕਬੱਡੀ ਪਾਉਂਦਾ ਤੇ ਇਹ ਵੀ ਹੈਪੀ ਅਵਾਮ ਦੀ ਧਰਤੀ ਦਾ ਨੌਜਵਾਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਤਾਰੀ ਖੀਰਾਂ ਵਾਲੀ ਹੈ ਨਾਲ ਕਹਿੰਦੇ ਸਿੱਪੀ ਅਤੇ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਹੁਣ ਨੌਜਵਾਨ ਸਿੱਪੀ ਦੇ ਨਾਲ ਮੁਕਾਬਲਾ ਤੇ ਪੁਆਇੰਟ ਹੈਪੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਲਓ ਗੱਗੀ ਖੀਰਾ ਇਸ ਲਈ ਕਬੱਡੀ ਪਾ ਰਿਹਾ ਹੈ ਇਸ ਲਈ ਕਹਿੰਦੇ ਗੱਗੀ ਦੀ ਕਬੱਡੀ ਪੈ ਰਹੀ ਅੱਜ ਜਨਮ ਦਿਨ ਹੈ ਤੇ ਇਸ ਰੇਡ ਤੋਂ ਬਾਅਦ ਪੁੱਛਾਂਗੇ ਵੀ ਗੱਗੀ ਦੀ ਉਮਰ ਕਿੰਨੇ ਸਾਲ ਦੀ ਹੋ ਗਈ ਹੈ ਇੱਧਰ ਨੌਜਵਾਨ ਜਾਫੀ ਖੇਡ ਮੈਦਾਨ ਦੇ ਵਿੱਚ ਆਵਾਮ ਦੀ ਧਰਤੀ ਦਾ ਕਹਿੰਦੇ ਤੇ ਦੂਸਰੇ ਪਾਸੇ ਗੱਗੀ ਮੇਰੇ ਵੀਰੋ ਔਰ ਇਸ ਵੇਲੇ ਲੱਗਦਾ ਹੋਇਆ ਜੱਫਾ ਲੱਭਦਾ ਜੱਫਾ ਅਠਾਈ ਸਾਲ ਦਾ ਕਹਿੰਦੇ ਅੱਜ ਗੱਗੀ ਹੋ ਗਿਆ ਅਠਾਈ ਸਾਲ ਉਮਰ ਹੋ ਗਈ ਹੈ ਔਰ ਦੁੱਲੇ ਦੀ ਕਹਿੰਦੇ 40 ਸਾਲ ਉਮਰ ਹੈ ਤੇ ਲੱਗਦਾ ਹੀ ਨਹੀਂ ਮੇਰੇ ਵੀਰੋ ਅੱਜ ਵੀ ਦੁੱਲੇ ਤੇ ਜਵਾਨੀ ਜੋੜਦੀ ਲੱਗਦੀ ਹੈ ਇਹ ਵੱਡੇ ਮਾਲਕ ਮੇਰੇ ਵੀਰੋ ਜਦੋਂ ਮੈਦਾਨਾਂ ਦੇ ਵਿੱਚ ਖੇਡਦੇ ਤੇ ਉਮਰਾਂ ਦਾ ਪਤਾ ਨਹੀਂ ਲੱਗਦਾ ਲਓ ਸਾਹਮਣੇ ਗੁਰਲਾਲ ਇਸ ਵੇਲੇ ਬਾਵੇ ਨੌਜਵਾਨ ਹੈ ਗੁਰਲਾਲ ਕਹਿੰਦੇ ਸੋਲ ਵਾਲਾ ਗੱਭਰੂ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਅਮਰਤ ਖੀਰਾਂ ਵਾਲੀ ਹੈ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ ਖੀਰਾਂ ਵਾਲੀ ਹੈ ਕਹਿੰਦੇ ਅਮਰ ਦੀ ਇਸ ਲਈ ਗਰਾਊਂਡ ਦੇ ਵਿੱਚ ਕਬੱਡੀ ਪੈ ਰਹੀ ਹੈ ਉਧਰ ਲੱਭ ਵਰਗੇ ਨੌਜਵਾਨ ਤਿਆਰ ਨੇ ਸੁਰਖਪੁਰ ਤੇ ਮਹਿਮਦਵਾਲ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਪਲੀਜ਼ ਤਿਆਰ ਰਹਿਣ ਸੁਰਖਪੁਰ ਤੇ ਮਹਿਮਦਵਾਲ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣ ਅਮਰਤ ਖੀਰਾਂ ਵਾਲੀ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੁਰਖਪੁਰ ਤੇ ਮਹਿਮਦਵਾਲ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰ ਰਹਿਣਗੀਆਂ ਨੌਜਵਾਨ ਇਸ ਵੇਲੇ ਹੈਪੀ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਖੰਡੂਰ ਸਾਹਿਬ ਦੀ ਧਰਤੀ ਦਾ ਮੇਰੇ ਵੀਰ ਸੱਤੂ ਨੌਜਵਾਨ ਮੰਨਿਆ ਪਰਮੰਨਿਆ ਜਾਫੀ ਹੈ ਕਬੱਡੀ ਦਾ ਆਹ ਵੇਖਦਾ ਵੀ ਇਸ ਵੇਲੇ ਨੌਜਵਾਨ ਧਾਵੀ ਨੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਲਈ ਹੈਪੀ ਨੇ ਜੋੜ ਦਿੱਤਾ ਸ਼ਾਮੀ ਖੀਰਾਂ ਵਾਲੀ ਹੈ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਅੱਗੜ ਕੋਚ ਕਹਿੰਦੇ ਟੀਮ ਨੂੰ ਲੈ ਕੇ ਪੁੱਜਿਆ ਹੋਇਆ ਨਾਲ ਸਰਦਾਰ ਫਤਿਹ ਸਿੰਘ ਵੀ ਮੇਰੇ ਵੀਰ ਆਏ ਹੋਏ ਉਹਨਾਂ ਦਾ ਵੀ ਧੰਨਵਾਦ ਹੈ ਤੇ ਕਹਿੰਦੇ ਸ਼ਾਮੀ ਨੇ ਇਸ ਵੇਲੇ ਕਬੱਡੀ ਪਾ ਦਿੱਤੀ ਹੈ ਹੁਣ ਚੌਂ ਦੇ ਵਿੱਚੋਂ ਕਿਹੜਾ ਖਿਡਾਰੀ ਗੁੱਟ ਫੜੇਗਾ ਇੱਧਰ ਪ੍ਰਦੀਪ ਜੀ 365.com ਵਾਲੇ ਉਹ ਵੀ ਸਾਡੇ ਦਰਮਿਆਨ ਪੁੱਜੇ ਹੈ ਪਿਛਲੇ ਦਿਨੀ ਕਹਿੰਦੇ ਦੁੱਲੇ ਦਾ ਬਾਲ ਪੇਪਰ ਪਾਇਆ ਗਿਆ ਕਬੱਡੀ 365.com ਤੇ ਜੋ ਤੁਸੀਂ ਦੇਖ ਵੀ ਸਕਦੇ ਹੋਰ ਵੀ ਬਾਲ ਪੇਪਰ ਪੈਂਦੇ ਆ ਖਿਡਾਰੀਆਂ ਨੂੰ ਦਰਸ਼ਕ ਬੜਾ ਪਿਆਰ ਕਰਦੇ ਆ ਲਾਈਕ ਕਮੈਂਟ ਹੁੰਦੇ ਆ ਪਰ ਦੁੱਲੇ ਦੇ ਬਾਲ ਪੇਪਰ ਤੇ ਕਹਿੰਦੇ 5000 ਜਿਹੜਾ ਲਾਈਕ ਹੋਇਆ ਮੇਰੇ ਵੀਰੋ ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਇੱਧਰ ਤਾਰੀ ਖੀਰਾਂ ਵਾਲੀ ਹੈ ਨੌਜਵਾਨ ਜਾਫੀ ਖੇਡ ਮੈਦਾਨ ਦੇ ਵਿੱਚ ਜਿਹੜੇ ਤਾਰੀ ਨੂੰ ਪਿਆਰ ਕਰਦੇ ਤਾੜੀ ਜ਼ੋਰਦਾਰ ਮਾਰ ਰਹੀ ਹੈ ਮੇਰੇ ਵੀਰੋ ਦਲਜੀਤ ਸਿੰਘ ਜੀ ਔਜਲਾ ਕਨੇਡਾ ਉਹ ਵੀ ਮੇਰੇ ਵੀਰੋ ਆਨੰਦ ਮਾਰ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਦਲਜੀਤ ਸਿੰਘ ਜੀ ਔਜਲਾ ਕਨੇਡਾ ਲਾਲੀ ਢੇਸੀ ਹੁਣੀ ਵੀ ਕਹਿੰਦੇ ਯੰਗ ਕਬੱਡੀ ਕਲੱਬ ਵਾਲੇ ਮੇਰੇ ਵੀਰੋ ਜੁੜੇ ਹੋਏ ਆ ਲਾਲੀ ਢੇਸੀ ਧੰਨਵਾਦ ਹੈ ਬੇਗਮਪੁਰ ਵਾਲੇ ਦੁੱਲਾ ਯੰਗ ਦੀ ਟੀਮ ਦੇ ਲਈ ਕਾਜੀਪੁਰ ਦੇ ਲੱਖੇ ਦੀ ਟੀਮ ਦੇ ਲਈ ਮੇਰੇ ਵੀਰੋ ਦੁਨੀਆਂ ਦੇ ਵਿੱਚ ਗੱਲਾਂ ਹੋਈਆਂ ਤੇ ਅੱਜ ਕਹਿੰਦੇ ਸੁਰਖਪੁਰ ਦੇ ਨਾਂ ਤੇ ਖੇਡ ਅਕੈਡਮੀ ਵੀ ਦੁਆਬਾ ਵੈਰੀਅਸ ਕਲੱਬ ਮੇਰੇ ਵੀਰੋ ਸੁਰਖਪੁਰ ਦੁਆਬੇ ਦੇ ਯੋਧਿਆਂ ਦੀ ਟੀਮ ਜਿਹੜੀ ਮੇਰੇ ਵੀਰੋ ਬਣੀ ਹੈ ਸੁਰਖਪੁਰ ਦੇ ਨਾਂ ਤੇ ਕੀਪਾ ਸੁਰਖਪੁਰੀਆ ਤੇ ਸੀਤਾ ਸੁਰਖਪੁਰੀਆ ਕਬੱਡੀ ਦੇ ਮਹਾਨ ਖਿਡਾਰੀ ਮੇਰੇ ਵੀਰ ਉਹ ਵੀ ਐਡਮਿੰਟਨ ਤੋਂ ਅਲਬਰਟਾ ਦੀ ਕੈਪੀਟਲ ਐਡਮਿੰਟਨ ਸ਼ਹਿਰ ਤੋਂ ਲਾਈਵ ਜੁੜੇ ਹੋਏ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਵਾਮ ਦੇ ਪੁਆਇੰਟ ਨੇ 9:30
ਤੇ ਖੀਰਾਂ ਵਾਲੀ ਦੇ 13 ਪੁਆਇੰਟ ਨੇ। ਬੜਾ ਫਸਵਾਂ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਹੈ। ਕਬੱਡੀ 365.com ਤੇ ਲਾਈਵ ਜਿਹੜਾ ਦੇਖਿਆ ਜਾ ਰਿਹਾ ਹੈ ਤੇ ਉਧਰ ਮਾਲਵੇ ਇਲਾਕੇ ਦੇ ਵਿੱਚ ਕੇਬਲ ਨੈਟਵਰਕ ਤੇ ਵੀ ਕਹਿੰਦੇ ਮੈਚ ਜਿਹੜੇ ਲਾਈਵ ਮੇਰੇ ਵੀਰੋ ਚੱਲ ਰਹੇ ਹੈ। ਅੱਜ ਦੁਨੀਆਂ ਦੇ ਮਹਾਨ ਖਿਡਾਰੀਆਂ ਦੇ ਪਿੰਡ ਦੇ ਵਿੱਚ ਰੌਣਕ ਮੇਲਾ ਜਿਹੜਾ ਕਬੱਡੀ ਦਾ ਲੱਗਿਆ। ਮੈਂ ਪਹਿਲੇ ਵੀ ਬੋਲਿਆ ਵੀ ਪਤਾ ਨਹੀਂ ਕਿੰਨੀ ਕੁ ਵਾਰ ਸੁਰਖਪੁਰ ਦਾ ਨਾਮ ਇਸ ਜ਼ਬਾਨ ਤੋਂ ਬੋਲਿਆ ਗਿਆ ਹੋਵੇ, ਪਰ ਦਰਸ਼ਨ ਪਹਿਲੀ ਵਾਰ ਕਰ ਰਹੇ ਹੈ। ਇਹ ਭਾਗਾਂ ਵਾਲੀ ਧਰਤੀ ਹੈ ਜਿਸ ਧਰਤੀ ਨੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀਆਂ ਨੂੰ ਜਨਮ ਦਿੱਤਾ ਹੈ। ਮੰਗੀ ਦਾ ਨਾਂ ਦੁਨੀਆਂ ਦੇ ਸੁਪਰ ਸਟਾਰਾਂ ਦੇ ਵਿੱਚ, ਗਾਂਧੀ ਦੀ ਖੇਡ ਨੂੰ ਦੁਨੀਆਂ ਮੰਨਦੀ ਹੈ, ਅੱਜ ਵੀ ਗੱਲਾਂ ਹੁੰਦੀਆਂ ਹੈ। ਤੇ ਫਿਰ ਕਹਿੰਦੇ ਸੰਜੀਵ ਪੰਡਿਤ ਵਰਗੇ ਦੇ ਦੁੱਲੇ ਨੇ ਕਹਿੰਦੇ ਇੱਕ ਦੁਨੀਆਂ ਦੇ ਵਿੱਚ ਵੱਖਰਾ ਨਾਂ ਬਣਾਇਆ ਹੈ। ਦੁੱਲਾ ਸੁਰਖਪੁਰੀ ਹੈ, ਮਹਿੰਦਰ ਸਿੰਘ ਜੀ ਸੁਰਖਪੁਰ ਦਾ ਨਾਂ ਵੀ ਦੁਨੀਆਂ ਜਾਣਦੀ ਹੈ। ਜੋਧੇ ਤੇ ਜਾਦੇ ਦੀ ਗੱਲ ਹੁੰਦੀ ਹੈ ਤੇ ਕਹਿੰਦੇ ਸੰਦੀਪ ਮਹਿਮਦ ਵਾਲੀਏ ਨੇ ਵੀ ਇਸ ਪਿੰਡ ਨੂੰ ਮਸ਼ਹੂਰ ਕੀਤਾ ਹੈ। ਅੱਜ ਮਹਿਮਦ ਵਾਲੀਏ ਸੰਦੀਪ ਦਾ ਨਾਲ ਕਹਿੰਦੇ ਬਿੱਲੇ ਸੁਰਖਪੁਰੀਏ ਦਾ ਤੇ ਜੋਧੇ ਸੁਰਖਪੁਰੀਏ ਦਾ ਬੁਲਟ ਮੋਟਰਸਾਈਕਲਾਂ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਟੰਡਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਵਿੱਚ ਵੱਡਾ ਯੋਗਦਾਨ ਹੈ ਹੁਣ ਇੰਗਲੈਂਡ ਦੀ ਕਬੱਡੀ ਦੇ ਵਿੱਚ ਟੰਡਾ ਸਾਹਿਬ ਦਾ, ਉਹਨਾਂ ਵੱਲੋਂ ਕਹਿੰਦੇ ਅੱਜ ਬੁਲਟ ਮੋਟਰਸਾਈਕਲ ਦਿੱਤੇ ਜਾ ਰਹੇ ਹੈ। ਤੇ ਸਾਡਾ ਚੇਂਜ ਨੇ ਪਿੰਡ ਵਾਲੀ ਸਾਈਡ ਅਵਾਮ ਦੀ ਟੀਮ ਜਿਹੜੀ ਮੇਰੇ ਵੀਰੋ ਪੁੱਜ ਚੁੱਕੀ ਹੈ ਤੇ ਦੂਸਰੇ ਪਾਸੇ ਖੀਰਾਂ ਵਾਲੀ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੁਕਾਬਲਾ 9-13 ਦਾ ਅੰਕੜਾ ਹਾਫ ਸਮੇਂ ਤੱਕ ਦਾ। ਲਓ ਸ਼ਾਮੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ। ਮਹਿਮਦਵਾਲ ਤੇ ਸੁਰਖਪੁਰ ਲਓ ਸਾਹਮਣੇ ਇਸ ਵੇਲੇ ਕਹਿੰਦੇ ਨੌਜਵਾਨ ਸ਼ਾਮੀ ਮੇਰੇ ਵੀਰੋ ਖੀਰਾਂ ਵਾਲੀਆਂ ਕਹਿੰਦੇ ਸ਼ਾਮੀ ਔਰ ਪੁਆਇੰਟ ਜਿਹੜਾ ਨੌਜਵਾਨ ਸ਼ਾਮੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਗੁਰਲਾਲ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ। ਚਾਰ ਜਾਂ ਨੇ ਕਿ ਆ ਗਿਆ ਖਿਡਾਰੀ, ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰ ਉਹ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ। ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ ਕਬੱਡੀ ਦਾ। ਉਹ ਤਾਰੀ ਖੀਰਾਂ ਵਾਲੀ ਹੈ ਵੇਖੋ ਸਾਹਮਣੇ। ਤੇ ਗੁਰਲਾਲ ਕਹਿੰਦੇ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਗੁਰਲਾਲ। ਤੇ ਇੱਧਰ ਗੱਗੀ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ, ਖੀਰਾਂ ਵਾਲੀ ਹੈ ਗੱਗੀ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਇੰਗਲੈਂਡ ਕੈਨੇਡਾ ਅਮਰੀਕਾ ਦੇ ਖੇਡ ਮੈਦਾਨਾਂ ਵਿੱਚ ਵੀ ਕਹਿੰਦੇ ਧੁੰਮਾਂ ਪਾਈਆਂ ਹੈ ਇਸ ਨੌਜਵਾਨ ਨੇ। ਤੇ ਸਾਹਮਣੇ ਆਵਾਮ ਦੀ ਧਰਤੀ ਦਾ ਜਾਫੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਗੱਗੀ ਖੀਰਾਂ ਵਾਲੀ ਹੈ ਮੇਰੇ ਵੀਰੋ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਖੀਰਾਂ ਵਾਲਦਾ ਗੱਗੀ। ਲਓ ਅਗਲੀ ਕਬੱਡੀ ਕਹਿੰਦੇ ਹੈਪੀ ਪਾਉਣ ਦੇ ਲਈ ਵਾਧਾ ਹੋਇਆ ਹੈ। ਇੱਕ ਮੋਟਰਸਾਈਕਲ ਜਿਹੜਾ ਰਜਿੰਦਰ ਸਿੰਘ ਜੀ ਸੁਰਖਪੁਰੀਆ ਹੈ ਜੋ ਦੜਾਕ ਨੇ ਮੇਰੇ ਵੀਰੋ, ਉਹਨਾਂ ਦਾ ਅੱਜ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਣਾ ਹੈ। ਤੇ ਉੱਭਰ ਦੇ ਖਿਡਾਰੀ ਪਵਨਦੀਪ ਦਾ ਦੇਸੀ ਘਿਓ ਦੇ ਨਾਲ, ਵਿਸ਼ੇਸ਼ ਤੌਰ ਤੇ ਦੇਸੀ ਘਿਓ ਦੇ ਪੀਪੇ ਦੇ ਨਾਲ ਮਾਨ ਸਨਮਾਨ ਹੋਣਾ ਹੈ। ਤੇ ਸੁਰਖਪੁਰ ਦੇ ਸਾਰੇ ਜਿੰਨੇ ਸਟਾਰ ਖਿਡਾਰੀ ਨੇ ਉਹਨਾਂ ਦੇ ਮਾਤਾ ਪਿਤਾ ਦਾ ਵੀ ਅੱਜ ਵਿਸ਼ੇਸ਼ ਤੌਰ ਤੇ ਮੇਰੇ ਵੀਰੋ ਮਾਨ ਸਨਮਾਨ ਜਿਹੜਾ ਕੀਤਾ ਜਾਣਾ ਹੈ। ਲਓ ਨੌਜਵਾਨ ਜਾਫੀ ਇਸ ਵੇਲੇ ਖੀਰਾਂ ਵਾਲਦਾ ਸ਼ੁਰਲੀ ਮੇਰੇ ਵੀਰੋ ਲਾ ਜਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਉਧਰ ਅਮਨ ਵਰਗੇ ਖਿਡਾਰੀ ਵੀ ਪੁੱਜੇ ਹੋਏ ਹੈ ਤੇ ਇੱਧਰ ਵੇਖਦਾ ਵੀ ਹੁਣ ਕਿਹੜਾ ਖਿਡਾਰੀ ਕਬੱਡੀ ਪਾਉਣ ਦੇ ਲਈ ਵਾਧਾ ਹੈ। ਇਹ ਹੈ ਅੰਮ੍ਰਿਤ ਮੇਰੇ ਵੀਰੋ, ਅੰਮ੍ਰਿਤ ਖੀਰਾਂ ਵਾਲੀ ਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਨੌਜਵਾਨ। ਚਾਰ ਜਾਫੀਆਂ ਵਿੱਚ ਸੰਦੀਪ ਲੱਭ ਵਰਗੇ ਨੌਜਵਾਨ ਜੱਗੇ ਵਰਗੇ ਤਿਆਰ ਨੇ। ਹੁਣ ਵੇਖਦਾ ਵੀ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੋਵੇਗਾ।
ਆਹ ਸਾਹਮਣੇ ਸਿੱਖੀ ਇਸ ਰੂਪ ਦੇ ਵਿੱਚ ਕਿ ਫੁੱਲਾਂ ਉੱਤੇ ਹਰ ਕੋਈ ਸੌ ਲੈਂਦਾ, ਕੰਡਿਆਂ ਤੇ ਸੌਣਾ ਔਖਾ ਏ। ਦਸ਼ਮੇਸ਼ ਪਿਤਾ ਨੇ ਪੁੱਤ ਚਾਰ ਵਾਰੇ, ਪੁੱਤ ਇੱਕ ਮਰਵਾਉਣਾ ਔਖਾ ਏ, ਪੁੱਤ ਇੱਕ ਮਰਵਾਉਣਾ ਔਖਾ ਏ। ਬਾਜਾਂ ਵਾਲੇ ਗੁਰੂ ਦੀ ਬਖਸ਼ੀ ਉਹ ਸਿੱਖੀ ਤੇ ਨਾਲ ਇਹਨਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਦੋਂ ਇਹ ਖਿਡਾਰੀ ਖੇਡਦੇ ਆ ਤੇ ਬਾਕੀ ਫਬਦੇ ਆ, ਉਧਰ ਸੰਜੀਵ ਪੰਡਿਤ ਜੀ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੇ ਆ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਇਧਰ ਨੌਜਵਾਨ ਖੇਡ ਮੈਦਾਨ ਦੇ ਵਿੱਚ ਹੈਪੀ ਆਵਾਮ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਹਦੇ ਵਿੱਚ ਹੀ ਵਸਦੀ ਯਾਰ ਜਾਨ ਪੰਜਾਬੀਆਂ ਦੀ। ਵਿੱਚ ਮੈਦਾਨ ਦੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਪੁਆਇੰਟ ਜਿਹੜਾ ਇਸ ਵੇਲੇ ਆਵਾਮ ਦੀ ਧਰਤੀ ਦਾ ਹੈਪੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਤੇ ਅਗਲੀ ਪਾਉਣ ਦੇ ਲਈ ਨੌਜਵਾਨ ਇਸ ਲਈ ਸ਼ਾਮੀ ਖੀਰਾਂ ਵਾਲੀ ਹੈ, ਸ਼ਾਮੀ ਖੀਰਾਂ ਵਾਲੀ ਹੈ ਕਹਿੰਦੇ ਇਸ ਲਈ ਨੌਜਵਾਨ ਕਬੱਡੀ ਪਾ ਰਿਹਾ। ਚਾਰ ਜਾਫੀਆਂ ਵਿੱਚੋਂ ਹੁਣ ਕਿਹੜੇ ਖਿਡਾਰੀ ਨਾਲ ਹੋਵੇਗਾ ਮੁਕਾਬਲਾ, ਗੱਲ ਸਮੇਂ ਦੀ ਹੋਣੀ ਹੈ ਕਿ ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਆਇਆ ਤਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ ਲਓ। ਸਾਹਮਣੇ ਫਿਰ ਉਹੀ ਜਾਫੀ ਕੋਸ਼ਿਸ਼ ਕਰ ਰਿਹਾ ਪਰ ਪੁਆਇੰਟ ਜਿਹੜਾ ਨੌਜਵਾਨ ਸ਼ਾਮੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਗੁਰਲਾਲ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਇਸ ਲਈ ਵਾਧਾ ਹੋਇਆ। 6 ਫੁੱਟ ਤੋਂ ਉੱਪਰ ਕਰਦਾ ਮੇਰੇ ਵੀਰੋ ਨੌਜਵਾਨ ਦਾ, ਐਨ ਜਦੋਂ ਕਬੱਡੀ ਪਾਉਂਦਾ ਤੇ ਗਰਾਊਂਡ ਭਰਿਆ ਭਰਿਆ ਲੱਗਦਾ ਹੈ। ਉਧਰ ਸੱਤੂ ਖੰਡੂਰ ਸਾਹਿਬ ਦੀ ਧਰਤੀ ਦਾ ਵੀ ਕਹਿੰਦੇ ਮੰਨਿਆ ਪਰਮੰਨਿਆ ਜਾਫੀ ਹੈ, ਤਾਰੀ ਦਾ ਵੀ ਕਹਿੰਦੇ ਵੱਡੇ ਜਾਫੀਆਂ ਦੇ ਵਿੱਚ ਨਾਂ ਦਰਜ ਹੋ ਜਾਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਔਰ ਨੌਜਵਾਨ ਇਸ ਲਈ ਗੁਰਲਾਲ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਗੁਰਲਾਲ 16 ਗੱਭਰੂ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣ, ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਤਿਆਰ ਰਹਿਣਗੀਆਂ। ਉਹ ਵੀ ਮੈਚ ਬੜਾ ਵਧੀਆ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਦਰਮਿਆਨ, ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਦੇ ਦਰਮਿਆਨ ਮੈਚ ਹੋਣਾ ਹੈ। ਉਹ ਵੀ ਦੋਨੋਂ ਟੀਮਾਂ ਗਰਾਊਂਡ ਦੇ ਨਜ਼ਦੀਕ ਪੁੱਜਣ। ਇਸ ਲਈ ਕਹਿੰਦੇ ਨੌਜਵਾਨ ਹੈਪੀ ਆਵਾਨ ਪਿੰਡ ਦਾ ਮੇਰੇ ਵੀਰੋ, ਇਸ ਵੇਲੇ ਕਬੱਡੀ ਪਾ ਰਿਹਾ ਕਹਿੰਦੇ ਆਵਾਨ ਪਿੰਡ ਦਾ ਹੈਪੀ। ਚਾਰ ਜਾਫੀਆਂ ਦੇ ਵਿੱਚੋਂ ਸੱਤੂ ਖੰਡੂਰ ਸਾਹਿਬ ਦੀ ਧਰਤੀ ਹੈ ਮੇਰੇ ਵੀਰੋ, ਪਵਿੱਤਰ ਧਰਤੀ ਹੈ। ਤੇ ਇਸ ਜਾਫੀ ਦਾ ਵੀ ਕਹਿੰਦੇ ਵੱਡਾ ਨਾਮ ਬਣ ਗਿਆ ਖੇਡ ਕਬੱਡੀ ਦੇ ਵਿੱਚ, ਸੱਤੂ ਖੰਡੂਰ ਸਾਹਿਬ ਦਾ ਨੌਜਵਾਨ ਤਕੜਾ ਜੱਫਾ ਲੱਗ ਕੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਗੱਗੀ ਖੀਰਾਂ ਵਾਲੀ ਹੈ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ। ਖੀਰਾਂ ਵਾਲੀਏ ਕਹਿੰਦੇ ਗੱਗੀ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ, ਭਾਰੀ ਸਰੀਰ ਹੈ ਮੇਰੇ ਵੀਰੋ। ਆਹ ਵੇਖਦਾ ਵੀ ਨੌਜਵਾਨ ਸੰਦੀਪ ਤੇ ਗੱਗੀ ਦੇ ਦਰਮਿਆਨ ਮੁਕਾਬਲਾ, ਪੁਆਇੰਟ ਧਾਵੀ ਦਾ। ਉਹ ਗੱਗੀ ਨੂੰ ਜਿਹੜੇ ਪਿਆਰ ਕਰਦੇ ਤਾੜੀ ਖੁੱਲ ਕੇ ਮਾਰ ਦਿਓ ਦਰਸ਼ਕ ਵੀਰੋ, ਇਹ ਮਾਣ ਹੈ ਇਸ ਇਲਾਕੇ ਦਾ, ਕਬੱਡੀ ਦਾ ਮਾਣ ਹੈ ਮੇਰੇ ਵੀਰੋ। ਖੀਰਾਂ ਵਾਲੀ ਹੈ ਫਤਿਹ ਸਿੰਘ ਸਰਪੰਚ ਦਾ ਪੁੱਤਰ, ਤੇ ਇਧਰ ਨੌਜਵਾਨ ਦੀ ਕਬੱਡੀ ਮੇਰੇ ਵੀਰੋ ਹੈਪੀ ਦੀ ਪੈ ਰਹੀ ਹੈ। ਹੁਣ ਚੌਂ ਦੇ ਵਿੱਚੋਂ ਤਾਰੀ ਖੀਰਾਂ ਵਾਲੀਆਂ ਵੀ ਕਹਿੰਦੇ ਮੰਨਿਆ ਪਰਮੰਨਿਆ ਜਾਫੀ ਹੈ। ਮਾਲਵੇ ਦੇ ਕਹਿੰਦੇ ਕਈ ਮੇਲਿਆਂ ਦਾ ਇਹ ਮੋਟਰਸਾਈਕਲਾਂ ਦਾ ਜੇਤੂ, ਆਹ ਤਾਰੀ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਲੱਗਦਾ ਹੋਇਆ ਮੇਰੇ ਵੀਰੋ। ਖੀਰਾਂ ਵਾਲੀ ਆ ਤਾਰੀ ਤਕੜਾ ਜੱਫਾ ਲੱਗ ਕੇ ਆਪਣੀ ਟੀਮ ਦੇ ਲਈ ਪਾਉਣ ਦਾ ਵਾਧਾ ਕਰਦਾ ਹੋਇਆ। ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਅਗਲੇ ਮੈਚ ਦੇ ਲਈ ਖੇਡ ਮੈਦਾਨ ਦੇ ਵਿੱਚ ਪੁੱਜਣ, ਮਹਿਮਦਵਾਲ ਤੇ ਸੁਰਖਪੁਰ ਦੀਆਂ ਟੀਮਾਂ ਅਗਲੇ ਮੈਚ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਜਿਹੜੇ ਖਿਡਾਰੀ ਨਹੀਂ ਖੇਡ ਰਹੇ ਪਲੀਜ਼ ਉਹ ਇੱਕ ਸਾਈਡ ਦੇ ਉੱਪਰ ਅੱਗੇ ਬੈਠ ਜਾਣ ਤਾਂ ਕਿ ਜਿਹੜੀ ਰੱਬ ਰੂਪੀ ਸੰਗਤ ਕਬੱਡੀ ਦੇਖਣ ਦੇ ਲਈ ਆਈ ਹੈ ਉਹਨਾਂ ਨੂੰ ਮੈਚ ਦੇਖਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਤਾਂ ਉਹ ਸਾਹਮਣੇ ਜਾਫੀ ਦੀ ਕਹਿੰਦੇ ਕੋਸ਼ਿਸ਼ ਹੋ ਚੁੱਕੀ ਹੈ, ਰੱਖਿਆ ਧੌਣ ਤੇ ਹੱਥ, ਵੇਖਦਾ ਵੀ ਇਸ ਵੇਲੇ
ਫੜਿਆ ਗਿਆ ਲੱਕ ਮਿੱਤਰੋ ਔਰ ਨਜ਼ਾਰਾ ਵੱਖਰਾ ਬਣਿਆ ਪਿਆ ਮੇਰੇ ਵੀਰੋ ਕਬੱਡੀ ਦਾ ਹੈ ਸੁਰਖਪੁਰ ਦਾ ਖੇਡ ਮੈਦਾਨ ਹੈ ਔਰ ਮੁੰਡੇ ਨੇ ਕਹਿੰਦੇ ਮੰਡੀ ਕਰਨ ਦੇ ਕੰਡੇ ਵਾਂਗੂ ਤੋਲਣ ਵਾਲੀ ਗੱਲ ਕੀਤੀ ਹੈ ਤਕੜਾ ਜੱਫਾ ਲਾ ਕੇ ਅਵਾਨ ਪਿੰਡ ਵਾਲਾ ਮੇਰੇ ਵੀਰੋ ਇਹ ਨੌਜਵਾਨ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਅਗਲੇ ਕੀ ਕਹਿੰਦੇ ਇਸ ਵੇਲੇ ਗੁਰਲਾਲ ਨੇ ਖੇਡ ਮੈਦਾਨ ਦੇ ਵਿੱਚ ਮੇਰੀ ਵੀਜੋ ਪਾ ਦਿੱਤੀ ਹੈ ਪਈ ਹੋਈ ਗੁਰਲਾਲ ਦੀ ਕਬੱਡੀ ਤੇ ਹੁਣ 4 ਜਾਫੀਆਂ ਦੇ ਵਿੱਚੋਂ ਖੀਰਾਂ ਵਾਲੀ ਪਿੰਡ ਦੇ ਕਹਿੰਦੇ 3 ਜਾਫੀਆਂ ਤੇ ਇੱਕ ਖੰਡੂਰ ਸਾਹਿਬ ਦੀ ਧਰਤੀ ਦਾ ਸੱਤੂ ਹੈ ਕਿਹੜੇ ਨੌਜਵਾਨ ਦੇ ਨਾਲ ਮੁਕਾਬਲਾ ਹੁੰਦਾ ਹੈ ਸ਼ੁਰਲੀ ਨਾਲ ਪੰਗਾ ਪੈ ਗਿਆ ਆਓ ਵੇਖੋ ਇੱਕ ਪਾਸੇ ਕਹਿੰਦੇ ਨਾ ਪਹਾੜ ਵਰਗਾ ਗੱਭਰੂ ਹੈ ਇਹ ਹੈ ਨੌਜਵਾਨ ਗੁਰਲਾਲ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਸ਼ਾਮੀ ਖੀਰਾਂ ਵਾਲੀ ਹੈ ਮੇਰੇ ਵੀਰੋ ਨੌਜਵਾਨ ਪਾਉਣ ਦੇ ਲਈ ਵਾਧਾ ਹੋਇਆ ਸ਼ਾਮੀ ਖੀਰਾਂ ਵਾਲੀ ਹੈ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਦੁਨੀਆਂ ਦੇ ਮਹਾਨ ਕਬੱਡੀ ਦੇ 17 ਦੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਆਵਾਮ ਦੀ ਧਰਤੀ ਦਾ ਕਹਿੰਦੇ ਸੰਦੀਪ ਉਸੇ ਪਿੰਡ ਦਾ ਜੋਵਨ ਮਸ਼ਹੂਰ ਹੈ ਪਰ ਸ਼ਾਮੀ ਖੀਰਾਂ ਵਾਲੀ ਹੈ ਗੱਭਰੂ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਪਾਵੀ ਹੈਪੀ ਅਗਲੀ ਕਬੱਡੀ ਕਿ ਗੱਲਾਂ ਕਰਨੀਆਂ ਤਾਂ ਯਾਰੋ ਬਹੁਤ ਨੇ ਉਹ ਸੌਖੀਆਂ ਮਿਹਨਤਾਂ ਕਰਨੀਆਂ ਬਹੁਤ ਨੇ ਔਖੀਆਂ ਦੁੱਖ ਸਹਿ ਕੇ ਹੀ ਆਉਂਦੀ ਯਾਰੋ ਸੁੱਖ ਦੀ ਵਾਰੀ ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰੋ ਇੱਕ ਕਬੱਡੀ ਦੇ ਖਿਡਾਰੀ ਡਾਲਰਾਂ ਤੇ ਪੌਂਡਾਂ ਵਿੱਚ ਖੇਡਦੇ ਯਾਰੋ ਇੱਕ ਕਬੱਡੀ ਦੇ ਖਿਡਾਰੀ ਫੜਿਆ ਹੋਇਆ ਗੁੱਟ ਮੇਰੇ ਵੀਰੋ ਕੋਈ ਸਮਾਂ ਸੀ ਕਿਰਪਾਲ ਸਾਹਿਬ ਦਾ ਸਵਰਨੇ ਇੰਗਲੈਂਡੀਏ ਦਾ ਕਹਿੰਦੇ ਬਾਜ ਚੌਂਕਿਆਂ ਵਾਲੇ ਦਾ ਗੁੱਟ ਫੜਦਾ